ਬਠਿੰਡਾ ਦੇ ਪਿੰਡ ਲੂਲਵਾਈ ਵਿਖੇ ਇੱਕ ਵਿਅਕਤੀ ਦਾ ਪ੍ਰੇਮ ਸੰਬੰਧਾਂ ਦੇ ਚੱਲਦੇ ਕੀਤੇ ਕਤਲ ਦੇ ਮਾਮਲੇ ਦੇ ਵਿੱਚ ਤਿੰਨ ਨੂੰ ਕੀਤਾ ਗਿਆ ਗ੍ਰਿਫਤਾਰ। ਡੀ ਐਸ ਪੀ ਦਿਹਾਤੀ ਮਨਜੀਤ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ। ਐਤਵਾਰ ਨੂੰ 6 ਵਜੇ ਦੇ ਲਗਭਗ ਡੀ ਐਸ ਪੀ ਦਿਹਾਤੀ ਮਨਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਦੇ ਪਿੰਡ ਲੂਲਵਾਈ ਵਿਖੇ ਜੋ ਇੱਕ ਵਿਅਕਤੀ ਦਾ ਪ੍ਰੇਮ ਸੰਬੰਧਾਂ ਦੇ ਚੱਲਦੇ ਕਤਲ ਕੀਤਾ ਗਿਆ ਸੀ, ਉਸ ਦੇ ਸੰਬੰਧ ਦੇ ਵਿੱਚ ਉਹਨਾਂ ਵੱਲੋਂ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 1 ਵਿਅਕਤੀ ਦੀ ਗ੍ਰਿਫਤਾਰੀ ਬਾਕੀ ਹੈ। ਅੱਛਾ, ਪਿੰਡ ਲੋਲਵਾਈ ਵਿਖੇ ਬੀਤੀ ਆ ਰਾਤ ਹੀ ਇੱਕ ਵਿੱਕੀ ਕੁਮਾਰ, ਉਮਰ ਉਹਦੀ 26 ਸਾਲ ਦੇ ਲਗਭਗ ਉਹਦੀ ਉਮਰ ਆ, ਅਤੇ ਉਹਦੇ ਕਤਲ ਦੇ ਸੰਬੰਧ ਦੇ ਵਿੱਚ FIR ਜਿਹੜੀ 33 ਨੰਬਰ ਦਰਜ ਹੋਈ ਆ, ਉਹਦੇ ਪਿਤਾ ਦਲੀਪ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਦਰਜ ਹੋਈ ਆ, ਜਿਹਦੇ ਵਰਖਿਲਾਫ ਹੈਗੇ ਇੱਕ ਤਾਂ ਹੈਗਾ ਸੁਖਪ੍ਰੀਤ ਸਿੰਘ ਪੁੱਤਰ ਗੁਰਮੇਲ ਸਿੰਘ, ਦੂਜਾ ਬਲਜਿੰਦਰ ਸਿੰਘ ਲਾਲੀ ਪੁੱਤਰ ਗੁਰਮੇਲ ਸਿੰਘ, ਅਤੇ ਤੀਸਰਾ ਗੁਰਮੇਲ ਸਿੰਘ ਆਪ ਆ, ਅਤੇ ਚੌਥਾ ਉਹਨਾਂ ਦਾ ਇੱਕ ਸਾਥੀ ਜਿਹੜਾ ਹੈਗਾ ਪਿੰਡ ਜੰਡੀਆਂ ਦਾ, ਬਹਾਦਰਗੜ੍ਹ ਜੰਡੀਆਂ ਦਾ। ਅਤੇ ਇਹ ਇਹਨਾਂ ਦਾ ਮਾਮਲਾ ਸੀਗਾ ਵੀ ਜਿਹੜਾ ਇਹਨਾਂ ਦੇ ਵਿੱਚ ਇੱਕ ਸੁਖਪ੍ਰੀਤ ਸਿੰਘ ਸੀਗਾ, ਇਹਦੀ ਜਿਹੜੀ ਵਾਈਫ ਆ ਬੇਅੰਤ ਕੌਰ, ਅਤੇ ਇਹਦੇ ਪਰਿਵਾਰ ਨੂੰ ਸ਼ੱਕ ਸੀਗਾ ਵੀ ਉਹਦੇ ਨਾਲ ਵਿੱਕੀ ਕੁਮਾਰ ਦੇ ਕੋਈ ਨਜਾਇਜ਼ ਸੰਬੰਧ ਆ, ਅਤੇ ਘਰ ਦੇ ਵਿੱਚ ਉਹਨਾਂ ਦਾ ਆਉਣਾ ਜਾਣਾ। ਇਸ ਕਰਕੇ ਜਦੋਂ ਉਹ ਬੀਤੀ ਰਾਤ ਇਹਨਾਂ ਨੂੰ ਇਹਨਾਂ ਦੇ ਘਰ ਮਿਲਣ ਲਈ ਗਿਆ, ਅਤੇ ਇਹਨਾਂ ਨੇ ਮੌਕਾ ਪਾ ਕੇ ਉਹਨੂੰ ਕਾਬੂ ਕਰਕੇ ਇਹਦੇ ਬਹੁਤ ਹੀ ਬੁਰੀ ਤਰ੍ਹਾਂ ਨਾਲ ਮਾਰੂ ਹਥਿਆਰਾਂ ਦੇ ਨਾਲ ਕੁੱਟਮਾਰ ਕਰਕੇ ਇਹਦੀ ਮੌਤ ਕਰ ਦਿੱਤੀ। ਪੁਲਿਸ ਵੱਲੋਂ ਹੁਣ ਤੱਕ FIR ਅਸੀਂ ਦਰਜ ਕਰਤੀ ਆ, ਅਤੇ ਸਾਡੇ ਮਾਨਯੋਗ SSP ਸ਼੍ਰੀ ਦੀਪਕ ਪਾਰਕ ਸਾਹਿਬ ਨੇ ਸਾਨੂੰ ਸਖ਼ਤ ਹਦਾਇਤਾਂ ਦਿੱਤੀਆਂ ਸੀ ਵੀ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ। ਇਸੇ ਲੜੀ ਦੇ ਅਧੀਨ ਹੀ ਸਾਡੇ SHO ਸਾਹਿਬ ਨੇ ਅਤੇ ਬਾਕੀ ਪੁਲਿਸ ਪਾਰਟੀਆਂ ਦੇ ਨਾਲ ਇਹਨਾਂ ਦੇ ਵੱਖ ਵੱਖ ਲੁੱਕਣ ਵਾਲੇ ਟਿਕਾਣਿਆਂ 'ਤੇ ਰੇਡ ਕੀਤੇ, ਅਤੇ ਇਹਨਾਂ ਦੇ ਵਿੱਚੋਂ ਅਸੀਂ ਹੁਣ ਤੱਕ ਮੌਕੇ 'ਤੇ ਇੱਕ ਤਾਂ ਸੁਖਪ੍ਰੀਤ ਸਿੰਘ, ਅਤੇ ਇੱਕ ਇਹਦਾ ਭਰਾ ਬਲਜਿੰਦਰ ਸਿੰਘ ਉਰਫ ਲਾਲੀ, ਅਤੇ ਤੀਸਰਾ ਬਹਾਦਰਗੜ੍ਹ ਜੰਡੀਆਂ ਦਾ ਲਵਪ੍ਰੀਤ ਸਿੰਘ, ਅਤੇ ਉਹਨੂੰ ਅਸੀਂ ਹੁਣ ਤੱਕ ਰਾਊਂਡ ਅਪ ਕਰਕੇ ਗ੍ਰਿਫਤਾਰ ਕਰ ਚੁੱਕੇ ਹਾਂ। ਇਹਦੇ ਵਿੱਚ ਸਿਰਫ ਹੁਣ ਇੱਕ ਗ੍ਰਿਫਤਾਰੀ ਬਾਕੀ ਆ ਉਹਨਾਂ ਦਾ, ਜਿਹੜਾ ਇਹਨਾਂ ਦਾ ਪਿਤਾ ਗੁਰਮੇਲ ਸਿੰਘ ਦੀ ਗ੍ਰਿਫਤਾਰੀ ਬਾਕੀ ਆ, ਅਤੇ 3 ਜਿਹੜੇ ਸਮਕਾਂਦਵੇਂ ਦੇ ਲਈ ਜਿਹੜੇ ਵਾਂਟਡ ਮੁਲਜ਼ਮ ਸੀ ਉਹ ਅਸੀਂ ਗ੍ਰਿਫਤਾਰ ਕਰ ਲਿਆ, ਉਹ ਵੀ ਅਸੀਂ ਕਤਲ ਹੋਣ ਤੋਂ ਸਿਰਫ ਅਤੇ ਸਿਰਫ 6 ਘੰਟੇ ਦੇ ਵਿੱਚ ਹੀ ਅਸੀਂ ਉਹ ਗ੍ਰਿਫਤਾਰ ਕਰ ਲਿਆ। ਇਹ ਕਤਲ ਕਰਨ ਦੇ ਲਈ ਇਹਨਾਂ ਨੇ ਇੱਕ ਤਾਂ ਕਹੀ ਦੀ ਵਰਤੋਂ ਕੀਤੀ, ਪੁੱਠੀ ਕਹੀ ਮਾਰੀ, ਅਤੇ ਬਾਕੀ ਇੱਕ 2 ਇਹਦੇ ਲੱਕੜ ਦੇ ਦਸਤੇ ਸੀਗੇ, ਇੱਕ ਬਾਂਸ ਦੀ ਸੋਟੀ, ਮਜ਼ਬੂਤ ਸੋਟੀ ਸੀ, ਉਹਦੇ ਨਾਲ ਇਹਨਾਂ ਨੇ ਮਾਰ ਵੱਖ ਵੱਖ ਉਹਦੇ ਸਰੀਰ 'ਤੇ ਬੁਰੀ ਤਰ੍ਹਾਂ ਉਹਦੇ ਸੱਟਾਂ ਮਾਰ ਕੇ ਉਹਦਾ ਕਤਲ ਕੀਤਾ।